रेड दोस्तों पुछ के दस रहे हैं। ਇਹ ਵੇਖੋ ਜੀ ਨਜ਼ਦੀਕ ਕਰਕੇ ਦਿਖਾ ਦੇਣੇ, ਕੰਨ ਸ਼ਾਨੀ ਚੈੱਕ ਕਰ ਲਓ, ਫੇਸ ਵੀ ਚੈੱਕ ਕਰ ਲਓ ਇਹਨਾਂ ਦੇ। ਹਾਂਜੀ ਭਾਈ ਜਾਨ, ਇਹਨਾਂ ਦੀ ਉਮਰ ਦੱਸੋ ਕਿੰਨੀ ਕਿੰਨੀ ਹੈ? ਉਮਰ 8-8 ਮਹੀਨੇ। 8-8 ਮਹੀਨੇ ਹੈ। ਜੋੜਾ ਕਿੰਨੇ ਦਾ ਦੇਓਗੇ ਅਗਰ ਕੋਈ ਦੋਵੇਂ ਇਕੱਠੀਆਂ ਲੈਂਦਾ ਤਾਂ? ਅਗਰ ਦੋਵੇਂ ਇਕੱਠੀਆਂ ਲੈਂਦਾ 60,000 ਦਾ ਮਿਲ ਜਾਏਗਾ। 60,000 ਦੀਆਂ, 30-30,000 ਦੀਆਂ, 30-30,000 ਮੁੱਲ ਜ਼ਿਆਦਾ ਯਾਰ, ਕੋਈ ਮੁਹੱਬਤ ਵਾਲਾ ਰੇਟ ਕਰ। 28,000 ਨੂੰ ਦੇ ਦੇਵਾਂਗੇ ਤੁਹਾਡੇ ਖਾਤੇ। 28-28,000 ਦੀਆਂ ਮਿਲ ਜਾਣਗੀਆਂ। ਭਰਾਵਾਂ ਥੋੜ੍ਹਾ ਇਹ ਦੇਖ ਲਓ ਜੀ, 28-28,000 ਦੀਆਂ ਮਿਲ ਜਾਣਗੀਆਂ, ਯਾਨੀ 56,000 ਦਾ ਜੋੜਾ ਮਿਲ ਜਾਏਗਾ। ਨੰਬਰ ਸ਼ੇਅਰ ਕਰ ਖਾਤਾ 0312-1697-0312-1697। 0312-1697 ਵਟਸਐਪ ਨੰਬਰ ਹੈ ਜੀ। ਲੋਕੇਸ਼ਨ ਕਿੱਥੋਂ ਦੀ? ਡੋਡਨ ਸ਼ਹਿਰ, ਜ਼ਿਲ੍ਹਾ ਵਿਹਾੜੀ। ਠੀਕ ਹੋ ਗਿਆ। ਅਸਲਾਮ ਅਲੈਕਮ ਜੀ, ਅੱਜ ਬਰੋਜ਼ ਹਫ਼ਤਾ 2 ਨਵੰਬਰ 2024 ਦੀ ਵੀਡੀਓ ਅਤੇ ਮਦਰੱਸਾ ਮੰਡੀ ਜਨਾਬ ਆ ਚੁੱਕੇ ਹਾਂ। ਮਦਰੱਸਾ ਮੰਡੀ ਚੱਕ ਅਬਦੁੱਲਾ ਅੱਡੇ ਤੋਂ ਥੱਲੇ 2-3 ਕਿਲੋਮੀਟਰ ਰੋਈ ਦੇ ਵਿੱਚ ਮੰਡੀ ਲੱਗਦੀ ਹੈ। ਅੱਜ ਜਨਾਬ ਰੈਟ ਪੁੱਛ ਕੇ ਦੱਸਣਾ ਕੀ ਰੈਟ ਹੈ ਚੱਲ ਰਹੇ ਨੇ। ਕੋਸ਼ਿਸ਼ ਕਰਾਂਗੇ ਕਿ ਸਸਤੇ ਜਾਨਵਰਾਂ ਦੇ ਜਨਾਬ ਰੈਟ ਪੁੱਛ ਕੇ ਦੱਸੀ, ਮੁਨਾਸਿਬ ਰੈਟ ਜਿਹੜੇ ਹੋਣ, ਜਿਹੜਾ ਹਰ ਬੰਦਾ ਵੀ ਖਰੀਦ ਸਕੇ। ਅਤੇ ਤੁਸੀਂ ਵੇਖ ਰਹੇ ਯੂਟਿਊਬ ਚੈਨਲ ਮੋਹਿਤਬਾ ਗੋਟ ਫਾਰਮ ਲੁੱਡਨ। ਗੁਜ਼ਾਰਿਸ਼ ਕਰਾਂਗਾ ਜਿਹੜੇ ਨਵੇਂ ਦੋਸਤ ਨੇ ਇਸ ਚੈਨਲ 'ਤੇ, ਅਗਰ ਹਾਲੇ ਤੱਕ ਉਹਨਾਂ ਇਸ ਚੈਨਲ ਮੋਹਿਤਬਾ ਗੋਟ ਫਾਰਮ ਲੁੱਡਨ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਵੀ ਦਬਾਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦਾ ਰਹੇ। ਲਓ ਜੀ, ਪਹਿਲੀ ਵੀਡੀਓ ਜਨਾਬ ਸ਼ੁਰੂ ਤੋਂ ਜਨਾਬ ਸਟਾਰਟਿੰਗ ਤੋਂ ਕਰਨੇ ਆ। ਇਹ ਚੈੱਕ ਕਰ ਲਓ ਜੀ, ਮੱਖੀ ਚੀਨਾ ਬੱਕਰਾ, ਔਰ ਉਮਰ ਵੀ ਪੁੱਛ ਕੇ ਦੱਸਣੇ ਆ ਕਿੰਨੀ ਕੁ ਉਮਰ ਹੈ ਇਹਦੀ, ਡਿਮਾਂਡ ਸ਼ਿਮਾਂਡ ਕੀ ਕਰ ਰਹੇ ਨੇ, ਚੀਜ਼ ਚੈੱਕ ਕਰ ਲਓ। ਹਾਂਜੀ ਆਵਾਜ਼ ਭਾਈ, ਕਿੰਨੀ ਕੁ ਉਮਰ ਹੈ ਇਸ ਬੱਕਰੇ ਦੀ? ਉਮਰ ਹੈ ਜੀ 8 ਮਹੀਨੇ। ਜਿਹੜੀ ਓਰੀਜਨਲ ਹੈ ਉਹ ਹੀ ਦੱਸਣੀ ਹੈ। 8 ਮਹੀਨਿਆਂ ਦਾ ਕੁਰਬਾਨੀ ਤੇ ਲੱਗਣ ਵਾਲਾ ਬਹੁਤ ਪਹਿਲਾਂ ਕੁਰਬਾਨੀ ਲੱਗ ਜਾਸੀ ਹੈ। ਹਾਂਜੀ, ਕੀ ਮੁੱਲ ਛੁੱਲ ਕਰ ਰਹੇ ਆ ਇਹਦਾ? ਇਹ ਜੋੜਾ ਇਕੱਠਾ ਨਾ, ਇੱਥੇ ਮੇਰੇ ਕੋਲ ਆ, ਇਹ ਆ ਲੈ ਆ ਜੋੜਾ ਆ। ਉਸ ਤੋਂ ਬਾਅਦ ਦੂਸਰੇ ਨੰਬਰ ਵਾਲਾ, ਉਹਨੂੰ ਪਿੱਛਾ ਕਰ ਵੇ। ਮਾਸ਼ਾਅੱਲਾ ਜੋੜਾ ਵੇਖ, ਬਹੁਤ ਇਹ ਹੈ ਜੀ ਦੂਸਰੇ ਨੰਬਰ ਵਾਲਾ। ਅੱਛਾ, ਜੋੜਾ ਜੋੜਾ ਇਕੱਠਾ ਦੇਵਣਾ, ਇਕੱਲਾ ਨਹੀਂ ਦੇਵਣਾ? ਇਕੱਲਾ ਇਕੱਲਾ ਹੀ ਵੇਖ ਜਾਸੀ, ਜੋੜਾ ਲਵੇ ਜੋੜਾ ਵੇਖ ਜਾਸੀ। ਕਿੰਨੇ ਦਾ ਜੋੜਾ ਦੇਵਣਾ, ਇਕੱਲਾ ਕਿੰਨੇ ਦਾ ਦੇਵਣਾ? ਅਗਰ ਜੋੜੇ ਦਾ ਮੁੱਲ ਇਹ 70,000 ਰੁਪਈਆ। 70,000 ਜੋੜੇ ਮੁੱਲ ਕਰ, 35-35,000 ਰੁਪਈਆ। 35-35,000 ਰੁਪਈਆ ਫਾਈਨਲ ਪਿਆਰ ਮੁਹੱਬਤ ਕਰਕੇ ਕਿਤਨੇ ਦਾ ਜੋੜਾ? ਅਗਰ ਜਿਹੜਾ ਵੀਰਾ ਜੋੜਾ ਦਾ ਜੋੜਾ ਲਈ ਸੀ 60,000 ਰੁਪਏ ਦਾ ਫਾਈਨਲ ਲੱਭ ਜਾਸੀ। 60,000 ਦਾ ਜੋੜਾ, 30-30,000 30-30,000 ਰੁਪਏ ਦਾ। ਅੱਛਾ, ਦੋ ਬੱਕਰੇ ਜਾਂ ਤਰਾ ਹੈ? ਤਰਾ, ਤਰੀਆ ਵੀ ਚੈੱਕ ਕਰਾ ਦੇ, ਤੀਸਰਾ ਵੀ ਦਿਖਾਓ। ਲਓ ਜੀ, ਤੀਸਰੇ ਨੰਬਰ ਵਾਲਾ ਹੈ, ਇਹ ਹੈਗਾ ਜੀ ਤੀਸਰੇ ਨੰਬਰ ਵਾਲਾ। ਸਹੀ, ਇਹ ਕਿੰਨੇ ਦਾ ਮਿਲ ਜਾਏਗਾ? ਇਹਦੀ ਡਿਮਾਂਡ ਤੇ 40,000 ਰੁਪਈਆ। ਦੇਣਾ ਕਿੰਨੇ ਦਾ ਹੈ? ਇਹ ਫਾਈਨਲ ਜਿਹੜਾ 35,000 ਰੁਪਏ ਦਾ। 30-30 ਹੈ, 30 ਅਗਰ ਇਕੱਠੇ ਕੋਈ ਲਵੇ। ਅਗਰ ਜਿਹੜਾ 30 ਵਿਰਾ ਇਕੱਠੇ ਲਵੇ, ਹਾਂਜੀ ਹਾਂਜੀ, ਉਹਨੂੰ ਜਿਹੜਾ ਵੀ ਆ ਫਾਈਨਲ 90,000 ਰੁਪਏ ਦੇ ਲੱਗ ਸਨ। 30-30,000 ਰੁਪਏ, 30-30,000 ਰੁਪਏ ਦੇ 30 ਲੱਗ ਗਿਆ। ਠੀਕ ਹੋ ਗਿਆ। ਤੇ ਕੋ ਪੱਠਾਂ ਵੀ ਹੈ ਨੇ? ਦੋ ਪੱਠਾਂ ਛੜੀਆਂ ਸਿਰੇ ਆਪਰੇ। ਪੱਠਾਂ ਵੀ ਵਿਖਾ ਦਿਓ ਜੀ। ਲਓ ਜੀ, ਪੱਠਾਂ ਵੀ ਚੈੱਕ ਕਰਾ ਦੇਣੇ ਆ ਤਾਂ ਇਹਨਾਂ ਕੋਲ ਹੈ ਨੇ ਜਿਹੜੀਆਂ। ਇਹ ਚੈੱਕ ਕਰ ਲਓ ਜੀ, ਇੱਕ ਇਹ ਪੱਟ ਖੜੀ ਇਹਨਾਂ ਕੋਲੋਂ, ਅਤੇ ਦੂਸਰੀ ਵੀ ਚੈੱਕ ਕਰਾ ਦਿੰਦੇ ਹਾਂ, ਇਹ ਪਹਿਲੇ ਨੰਬਰ ਵਾਲੇ। ਹਾਂਜੀ, ਦੂਸਰੀ ਵੀ ਪਾਓ, ਦੂਸਰੀ ਇੱਕ ਇਹ ਹੈਗੀ ਜੀ। ਇਹ ਕਿੰਨੀ ਕਿੰਨੀ ਉਮਰ ਦੀ ਹੈ? 8-9 ਮਹੀਨਾ ਦੀ। ਜੋੜਾ ਕਿਤਨੇ ਦਾ ਦੇਵਣਾ? ਕੋਈ ਦੋਵੇਂ ਲਵੇ ਪੱਠਾਂ ਦਾ। ਜੋੜਾ ਜਿਹੜਾ ਲਈ ਸੀ 45,000 ਰੁਪਏ। ਕੋ ਪਿਆਰ ਮੁਹੱਬਤ ਕਰ, ਪਿਆਰ ਮੁਹੱਬਤ ਵਾਲਾ ਰੈਟ 50-55 ਨਹੀਂ ਕੀਤਾ। ਅੱਛਾ, ਫਾਈਨਲ 45,000 ਦਾ ਜੋੜਾ? 45,000 ਰੁਪਏ ਲਾਇਆ ਫਾਈਨਲ, 45,000 ਰੁਪਏ ਲੱਗ ਜਾ ਸੀ ਜੋੜੇ ਦਾ। ਇੱਕ ਇਹ ਪੱਟ ਖੜੀ ਹੈ, ਇੱਕ ਇਹ। ਠੀਕ ਹੋ ਗਿਆ। ਨੰਬਰ ਸ਼ੇਅਰ ਕਰੋ, 0304-0304-5596-4486-486 ਗੱਬੜਾ ਵੀ ਹੈ ਨਾ ਬੱਕਰੀਆਂ? ਗੱਬੜਾ ਬੱਕਰੀਆਂ ਵੀ ਖੜੀਆਂ। ਵਿਖਾਓ ਜੀ, ਉਹ ਵੀ ਵਿਖਾਓ ਸਾਨੂੰ। ਲਓ ਜੀ, ਗੱਬਣ ਬੱਕਰੀ ਵੀ ਤੁਹਾਨੂੰ ਵਿਖਾ ਦਿੰਦੇ ਹਾਂ। ਇਹ ਬੱਕਰੀ ਇਹਨਾਂ ਕੋਲ ਖੜੀ ਹੈਗੀ, ਵੱਡੀ ਬੱਕਰੀ ਹੈ ਗੱਬਣ ਬੱਕਰੀ। ਚੈੱਕ ਕਰ ਲਓ ਬਾਦ ਭਾਈ, ਕਿਤਵੇਂ ਸੂਏ ਬੱਕਰੀ ਹੈ? ਦੂਸਰੇ ਸੂਏ ਦੇ ਵਿੱਚ ਹੈ। ਚੀਜ਼ ਚੈੱਕ ਕਰ ਲਓ, ਕਿੰਨੇ ਕੁ ਮਹੀਨੇ ਦੀ ਗੱਬਣ ਹੈ? 10-15 ਦਿਨ ਘੱਟਦੀ ਹੈ। ਕੀ ਮੁੱਲ ਛੁੱਲ ਕਰ ਰਹੇ ਇਹਦਾ? 80,000 ਰੁਪਏ ਮੰਗਦੇ ਪਏ। 80,000 ਰੁਪਈਆ ਮੰਗਦੇ ਪਏ, ਉਹ ਦੇਣੀ ਕਿੰਨੇ ਦੀ ਹੈ? ਪੂਰੇ 70,000 ਰੁਪਏ ਦੀ। ਪੂਰੇ 70,000 ਦੀ? ਕੋਈ ਕਮੀ ਬੇਸ਼ੀ? ਕਮੀ ਬੇਸ਼ੀ ਕਰ ਦਿੱਤੀ ਹੈ। ਮੂੰਹ 6 ਨਾਨ ਬੱਕਰੀ ਦੂਏ ਸੂਏ। ਮੂੰਹ ਖੋਲ ਦੇ ਦਿਖਾਓ ਕਮਰਾ। ਐ ਲਓ, ਠੀਕ ਹੋ ਗਿਆ। ਹਵਾਨਾ ਵੀ ਚੈੱਕ ਕਰ ਲਓ ਜੀ, ਦੂਸਰੇ ਸੂਏ ਫਾਈਨਲ 70,000 ਦੇ। ਦੂਸਰੀ ਹੋਰ ਵੀ ਹੈ ਜੇ ਕੋਈ? ਇੱਕ ਹੋਰ ਵੀ ਹੈ, ਉਹ ਵੀ ਚੈੱਕ ਕਰਾ ਦੇ।
डेढ़ महीने की करास है भाई, गारंटी दे सोए रही ना गबन होए तो वापस डबल जुर्माना उठने डबल 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 हैगा। की मोल कर रहे दा? एदा मोल 45,000 रुपया। फाइनल किन्ने दी है? फाइनल जेडी है भाई लपसी 35,000 रुपया। फाइनल 35,000 दी। ठीक हो, मुंह खोलो कायदा। दूसरे सूए चेने दे। एक बार फिर नंबर शेयर कर दियो। 0304 हां 5896486। लोकेशन? लुडन शहर जिला विहाड़ी। ठीक हो, लो जी ए भी चेक कर। उस तो बाद तीन बच्चों वाली बकरी भाई को ले, वो भी जनाब तुम दिखा देने, पूछने थले की है दे। बकरी पकड़ खलो ना भाई, एक बारी ऐ वेखो जी, ए तीन बच्चे ने इसके थले, बकरी भी चेक कर लो, डिमांड शिमांड पूछ के दसने की मुल छुल कर रहे। त्रेई पट्ठा जी, एक पठोरा भी है, तिने पट्ठा ने पाइया। ये कितने सूए बकरी है भाई? तीसरे सूए है भाई। लो जी ए बच्चे बाकी मोल छोल पूछ के दस देने की मोल छोल कर रहे। अगर किसी दोस्त में चाहिए हो तो मदरसा मंडी से विजिट करो, हर तरह का जनाब तुम इस मंडी जानवर मिलेगा। पट्ठा सोहनिया ने माशाल्लाह, किन्ने महीना दिया है ने पट्ठा? हो सन तकरीबन तीन महीने, त्रै महीना, यानी तीन महीने हो गए बकरी सूई नू। हां बकरी का क्रास भी है अगे, है क्रास भी है। किन्ने महीना दिया है क्रास? महीने नहीं है, 8 दिनों दी। 8 दिन यानी ताजी क्रास हुई, ताजी क्रास हुई। ते अगर कोई वीडियो मंगे क्रासिंग दी दे देसो, हां जेड़े बकरे को क्रास हुई बकरी, सही है। की मोल कर दे पयो दा बच्चा समय? 2,30,000 रुपए बच्चा समय। अगर कोई कल्ली बकरी लवे तो फिर कितने दे? कल्ली नहीं दे, बच्चा समय। बच्चा समय पूरा सेट देसो, 2-3 मांग रहे हो, फाइनल किन्ने दे? 2 लाख पूरे, 2 दी हो जाती। ठीक हो गया, बकरी जनाब करा दी है, ठीक गई है। पाना चौक ले डाल गोली ला गई है। अच्छा अच्छा, बकरी के चगी सही, यानी के कोई डक्का छक्का नहीं लगा? डक्का छक्का कोई ठीक है। ए बच्चे खड़े ने तीन ने एक बारी फिर बच्चे चेक करा दिए, तीन महीना दी पट्ठा ने, सोहनिया पट्ठा ने माशाल्लाह। ए देखो नंबर शेयर करो कहां? 0326-0340-0949-5945। ना की भाई दा? गुलजार। गुलजार भैया बकरे भी तुहाडे ने? एक बकरा। लो जी ए भी पट्ठ है भाई, ती सीधी करो एक पट्ठ, ए भी इना कोल ए भी चेक कर। ए दी उम्र कितनी को उस पट्ठ दी? 7 महीना दी है। की मोल छोल कर रहे दा? 40,000 जिथे देनी ओ दे तो प्यार मु पता। 36,000 फाइनल, 36,000 रुपए। ठीक है, बकरा बकरा मुंह है फिर ऐ सीधा कर। लो जी एक ए बकरा भी खड़ा जी, एरी कितनी उम्र होती थी? बकरा कुछ 10 महीना दा है। ठीक हो गया, की मोल छोल कर रहेगा? बकरे दा मोल एक कापी करने तो 90,000 तो काट ले, इस तो काटने है, ये फाइनल है का? फाइनल 90,000। ये फाइनल है 90,000 रुपए का फाइनल। अच्छा 10 महीना। ठीक हो ओके हो गया। लो जी बकरी भी चेक करा दी नाल बच्चे भी, और उस तो बाद जनाब बकरा भी एक दिखा दिता है, पट्ठा भी दिखा दतियाँ। ये जनाब अज मदरसा मंडी रेट दोस्तों चेक करा रहे हैं, की रेट से जनाब चल रहे हैं अज 2 नवंबर 2024 की। लो जी उस तो बाद यह जोड़ा भी तुम दिखा देना भाई को, जनाब जोड़ा है चंगा जोड़ा माशाला, मक्खी चीनिया जनाब पट्ठा है ने। ते पहले तो मक्खी चीनी पट्ठा के रेट पुछ के दसते हैं, यह जोड़े की रेट पुछ के दस दें की रेट से जनाब भाई उदी कर रहे हैं, किसा चेक कर लो प्योर जनाब। तो पुछने दोवें भैन ने या अलहदा ने, तो रेट भी पुछ लेने। अगर किसी दोस्त में यह 2 पट्ठा चाहिए हो तो भाई ना राबता कर सकते हो, चीज़ा अच्छिया ने और गरंटी जनाब होएगी। असी उस बंदे की वीडियो बनाने जेड़ा जनाब बंदा पक्का हो, यानी कि नवे बंदे की वीडियो कदे नहीं बनाई, ये तो उड़ मुड़ता ही पता हो सारा पता, उस बंदे जनाब वीडियो बनाई थी। चीज़ा चेक कर लो और लंबे कान चौड़े कान चिपटे सिंह जनाब। और भी जनाब रेट पुछ के दसने भाई को बकरे खड़े ने, बकरा के रेट पुछने की रेट शेट बकरा के कर रहे ने? 2 बकरे ऐसे तो कर बकरा, बकरा लाया बकरे खुलवे ना। लो जी बकरा चेक करें फिर सीधा कर, सीधा खुला कर देखा, ऐ वेख लो जी चीज चेक कर लो, फेस भी वेख लो, किन्ने एक महीना का है जाब रुपये है? कोई 8 महीना। लो जी 8 महीना का, की मोल छोल कर रहे? 35,000 देना किन्ने का? अगर कोई लाएगा 32,000 रुपये का मिल जाएगा। देख लो जी ए बकरा जी, ते दूसरा
ਚੌਥੀ ਦਾ ਠੀਕ ਦੋ ਹੋ ਗਏ ਤੀਸਰੇ ਨੰਬਰ ਤੇ ਕਾਲਾ ਚੀਨਾ ਇਹਦਾ ਕੀ ਮੁੱਲ ਕਰ ਰਹੇ ਹੋ ਮੁਹੰਮਦ ਲਿਆਕਤ ਲੋਕੇਸ਼ਨ ਜ਼ਿਲ੍ਹਾ ਵਿਹਾੜੀ ਲੁੱਡਨ ਸ਼ਹਿਰ ਠੀਕ ਹੋ ਗਿਆ ਲੋ ਜੀ ਹਾਂਜੀ ਠੀਕ ਹੋ ਗਿਆ ਲੋ ਜੀ ਇਹ ਅੱਜ ਦੇ ਰੈਟ ਤੁਹਾਨੂੰ ਮਦਰੱਸਾ ਮੰਡੀ ਦੇ ਚੈੱਕ ਕਰਾ ਦਿੱਤੇ ਨੇ ਪੱਠਾਂ ਦੇ ਵੀ ਰੈਟ ਦੱਸੇ ਨੇ ਬੱਕਰਾਂ ਦੇ ਵੀ ਰੈਟ ਪੁੱਛ ਕੇ ਦੱਸ ਦਿੱਤੇ ਨੇ ਬਾਕੀ ਉਮੀਦ ਕਰਨਾ ਜਿਹੜਾ ਦੋਸਤ ਇਸ ਮੰਡੀ ਆਉਣਾ ਚਾਹੁੰਦਾ ਇੱਥੋਂ ਆ ਕੇ ਜਨਾਬ ਖਰੀਦ ਸਕਦੇ ਹੋ ਟੋਰ ਫੇਕ ਜਿਹੜਾ ਤੁਹਾਨੂੰ ਜਾਨਵਰ ਪਸੰਦ ਹੈ ਅਤੇ ਉਮੀਦ ਕਰਨਾ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਪਸੰਦ ਆਏ ਵੀਡੀਓ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦੀ ਮੰਡੀ ਦੇ ਵਿੱਚ ਸਭ ਤੋਂ ਸਸਤਾ ਵਪਾਰੀ ਕਿਹੜਾ ਹੈਗਾ ਸਭ ਤੋਂ ਸਸਤੇ ਰੈਟ ਕਿਹੜੇ ਬੰਦੇ ਦੇ ਹੈਗੇ ਨੇ